21 ਮਈ ਦੀ ਅਸੀਂ ਇੱਕ ਵੱਡੀ ਰੈਲੀ ਜਗਰਾਉਂ ਚ ਰੱਖੀ ਹੈ ਜਿਹਦੇ ਚ ਅਸੀਂ ਭਾਜਪਾ ਦਾ ਵਿਰੋਧ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਸੱਦਾ ਦੇਣਾ, ਸਾਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦੇਣਾ। ਉਹਦੇ 'ਤੇ ਵਿਚਾਰ ਕਰਕੇ ਅਸੀਂ ਇਹ ਇੱਕ 4 ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਉਸ ਰੈਲੀ ਵਿੱਚ ਜਿਹੜਾ ਅਸੀਂ ਪੋਸਟਰ ਰਿਲੀਜ਼ ਕਰਨਾ ਉਹ ਡਰਾਫਟ ਕਰੇਗੀ, ਅਤੇ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਫਲੈਕਸਾਂ ਲਗਾਉਣੀਆਂ ਜਾਂ ਜਿਹੜੇ ਅਸੀਂ ਸਵਾਲ ਕਰਨੇ ਹੈ ਬੀਜੇਪੀ ਦੇ ਲੀਡਰਾਂ 'ਤੇ ਉਹ ਡਿਸਾਈਡ ਕਰਕੇ 9 ਤਾਰੀਖ ਨੂੰ ਉਹ ਅਸੀਂ ਸਾਰੇ ਜਥੇਬੰਦੀਆਂ ਨੂੰ ਦੇਵਾਂਗੇ, ਤਾਂ ਕਿ ਉਹਦੇ ਮੁਤਾਬਕ ਸਾਰੇ ਪੰਜਾਬ ਵਿੱਚ ਬੀਜੇਪੀ ਦਾ ਵਿਰੋਧ ਹੋ ਸਕੇ। ਔਰ 21 ਮਈ ਨੂੰ ਜਗਰਾਉਂ 'ਚ ਇੱਕ ਬਹੁਤ ਵੱਡੀ ਮਹਾਰੈਲੀ ਹੋਏਗੀ ਜਿਹਦੇ 'ਚ ਲੱਖਾਂ ਦੀ ਤਾਦਾਦ 'ਚ ਕਿਸਾਨ ਔਰ ਮਜ਼ਦੂਰ ਜਿਹੜੇ ਨੇ ਉਹ ਇਕੱਠੇ ਹੋਣਗੇ। ਪਿਛਲੇ ਦਿਨੀ ਪੰਜਾਬ ਸਰਕਾਰ ਨੇ ਕੁਝ ਸਾਈਲੋਜ਼ ਨੂੰ ਮੰਡੀਆਂ 'ਚ ਕਨਵਰਟ ਕਰਕੇ ਕੁਝ ਮੰਡੀਆਂ ਬੰਦ ਕਰਨ ਦਾ ਫੈਸਲਾ ਕਰ ਲਿਆ ਸੀ, ਮੰਡੀਆਂ ਨੂੰ ਮਰਜ ਕਰਨ ਦਾ ਫੈਸਲਾ ਕੀਤਾ ਸੀ। ਇਹ ਇੱਕ ਹਮਲਾ ਸੀ ਜਿਹੜੇ ਅਸੀਂ 3 ਕਾਨੂੰਨ ਵਾਪਸ ਕਰਵਾ ਕੇ ਆਏ ਉਹਨਾਂ ਨੂੰ ਟੇਢੇ ਢੰਗ ਨਾਲ ਲਾਗੂ ਕਰਨ ਦਾ, ਨਵੇਂ ਸਿਰੇ ਪ੍ਰਾਈਵੇਟ ਮੰਡੀਆਂ ਟੈਕਸ ਫਰੀ ਮੰਡੀਆਂ ਖੋਲ੍ਹ ਕੇ ਸਾਡੀਆਂ ਮੰਡੀਆਂ ਬੰਦ ਕਰਾਉਣ ਲਈ ਇਹ ਇੱਕ ਸ਼ੁਰੂਆਤ ਸੀ। ਅਤੇ ਅਸੀਂ ਸਮਝਦੇ ਹਾਂ ਵੀ ਇਹ ਸਾਈਲੋਜ਼ ਜਿਹੜੇ ਅੱਜ ਜਿਨ੍ਹਾਂ ਨੂੰ ਮੰਡੀਆਂ ਡਿਕਲੇਅਰ ਕੀਤਾ ਇੱਥੇ ਬੱਸ ਨਹੀਂ ਸੀ ਹੋਣੀ, ਪਾਈਪਲਾਈਨ 'ਚ ਨੇ ਅਗਲੇ ਸਾਲ ਲਈ 24 ਸਾਈਲੋਜ਼ ਹੋਰ, ਉਹਤੇ ਬਾਅਦ ਫਿਰ ਨਵੇਂ ਆਈ ਜਾਣਗੇ। 3 ਸਾਲਾਂ ਵਿੱਚ ਸਾਰੇ ਪੰਜਾਬ ਵਿੱਚ ਸਾਈਲੋਜ਼ ਇੱਦਾਂ ਉਹਨਾਂ ਨੂੰ ਮੰਡੀਆਂ 'ਚ ਕਨਵਰਟ ਕਰਕੇ ਜਿਹੜੀ ਸਾਡੀ ਦੁਨੀਆ ਦੀ ਸਭ ਤੋਂ ਬਿਹਤਰੀਨ ਮੰਡੀ ਦਾ ਸਿਸਟਮ ਹੈ ਸਾਡਾ ਮਾਰਕੀਟਿੰਗ ਸਿਸਟਮ ਪੰਜਾਬ ਦਾ, ਇਹਨੂੰ ਤਬਾਹ ਕਰਕੇ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨ ਦੀ ਇੱਕ ਸਾਜਿਸ਼ ਸੀ। ਅਤੇ ਸਾਰੇ ਪੰਜਾਬ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਇਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਔਰ 8 ਤਰੀਕ ਦੀ ਰੈਲੀ ਦਾ ਐਲਾਨ ਕੀਤਾ ਸੀ, ਵੱਡੀ ਰੈਲੀ ਅਸੀਂ ਕਰਾਂਗੇ। ਉਹਦੇ ਵਿੱਚ ਟਰਾਂਸਪੋਰਟਰਾਂ ਨੇ, ਮਜ਼ਦੂਰਾਂ ਨੇ, ਆੜ੍ਹਤੀਆਂ ਨੇ, ਸਾਰਿਆਂ ਨੇ ਸਾਨੂੰ ਸਪੋਰਟ ਕਰਨ ਦਾ ਐਲਾਨ ਕੀਤਾ। ਅਸੀਂ ਉਹ ਜਿਹੜੇ ਸਾਡੇ ਸਪੋਰਟਰ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਤੇ ਅੱਜ ਨਤੀਜਾ ਇਹ ਹੋਇਆ ਵੀ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਅਤੇ ਹੁਣ ਇਹ ਜਿਹੜੇ ਸਾਈਲੋਜ਼ ਨੇ ਇੱਥੇ ਕੋਈ ਵੀ ਖਰੀਦ ਕੇਂਦਰ ਨਹੀਂ ਹੋਏਗਾ, ਉੱਥੇ ਖਰੀਦ ਨਹੀਂ ਹੋਏਗੀ, ਮੰਡੀਆਂ ਐਜ਼ ਇਟ ਇਜ਼ ਜਿੱਦਾਂ ਪਹਿਲਾਂ ਚੱਲਦੀਆਂ ਉੱਦਾਂ ਚੱਲਣਗੀਆਂ। ਪਰ ਅਸੀਂ ਅੱਜ ਫੈਸਲਾ ਕੀਤਾ ਵੀ 8 ਦੀ ਜਿਹੜੀ ਰੈਲੀ ਸੀ ਅਸੀਂ ਉਹਨੂੰ ਸਸਪੈਂਡ ਕਰ ਦਿੱਤਾ, ਜੇ ਕਦੀ ਵੀ ਸਰਕਾਰ ਫਿਰ ਇਸ ਤਰ੍ਹਾਂ ਦਾ ਫੈਸਲਾ ਲਏਗੀ ਅਸੀਂ ਇਮੀਡੀਏਟਲੀ ਫਿਰ ਇੱਥੇ ਵੱਡਾ ਕੱਟ ਕਰਕੇ ਉਹਦਾ ਵਿਰੋਧ ਕਰਨਾ ਸ਼ੁਰੂ ਕਰਾਂਗੇ। ਨਾਲ ਇਹ ਵੀ ਫੈਸਲਾ ਕੀਤਾ ਬਈ ਪੰਜਾਬ ਵਿੱਚ ਜਿਹੜਾ ਪੰਜਾਬ APMC ਐਕਟ ਹੈ, ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ, ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਜਿਹਦੇ ਮੁਤਾਬਕ ਪੰਜਾਬ ਸਰਕਾਰ ਐਡੀਸ਼ਨਲ ਮੰਡੀਆਂ ਖੋਲ੍ਹਣ ਦਾ ਅਧਿਕਾਰ ਰੱਖਦੀ ਹੈ, ਜਿਹਦੇ ਤਹਿਤ ਇਹਨਾਂ ਨੇ ਇਹਨਾਂ ਸਾਈਲੋਜ਼ ਨੂੰ ਮੰਡੀਆਂ 'ਚ ਕਨਵਰਟ ਕੀਤਾ ਸੀ। ਅਸੀਂ ਅੱਜ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ ਵੀ ਅਸੈਂਬਲੀ ਦੇ ਸੈਸ਼ਨ ਵਿੱਚ ਉਹ ਐਕਟ ਅਮੈਂਡ ਕੀਤਾ ਜਾਏ ਔਰ ਇੱਦਾਂ ਦੀ ਪ੍ਰਾਈਵੇਟ ਮੰਡੀ ਹੋਰ ਖੋਲ੍ਹਣ ਦੀ ਬਿਲਕੁਲ ਕੋਈ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇੱਕ ਤਾਂ ਇਹ ਅਸੀਂ ਫੈਸਲਾ ਕੀਤਾ, ਦੂਸਰਾ ਨਵੀਂ ਟੈਕਨੋਲੋਜੀ ਲੋੜ ਹੈ, ਸਾਈਲੋਜ਼ ਦੀ ਸਾਨੂੰ ਲੋੜ ਹੈ ਭੰਡਾਰਨ ਲਈ, ਅਸੀਂ ਉਹਦਾ ਵਿਰੋਧ ਨਹੀਂ ਕਰਦੇ। ਪਰ ਅਸੀਂ ਅੱਜ ਮੰਗ ਕਰ ਰਹੇ ਹਾਂ ਵੀ ਸਾਈਲੋਜ਼ ਜਿਹੜੇ ਨੇ ਪਬਲਿਕ ਸੈਕਟਰ 'ਚ ਲੱਗਣੇ ਚਾਹੀਦੇ ਆ, ਸਰਕਾਰ ਸਾਈਲੋਜ਼ ਲਾਵੇ, ਇਹ ਪ੍ਰਾਈਵੇਟ ਪਾਰਟੀਆਂ ਨੂੰ ਸਾਈਲੋਜ਼ ਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਏ। ਇਹ ਅੱਜ ਦਾ ਸਾਡਾ ਫੈਸਲਾ ਹੈ। ਅਗਲਾ ਫੈਸਲਾ ਜੰਗਵੀਰ ਸਿੰਘ ਹੋਰੀ ਗੰਨੇ ਬਾਰੇ ਇਹ ਕੁਝ ਕਹਿਣਗੇ।
ਸੋ ਦੋਸਤੋ ਗੰਨੇ ਦੇ ਸੰਬੰਧ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਕਿ ਇਹ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ 23-24 ਦਾ ਜਦੋਂ ਸੀਜ਼ਨ ਸ਼ੁਰੂ ਹੋਇਆ ਸੀ ਤੇ ਜਲੰਧਰ 'ਚ 4 ਦਿਨ ਦਾ ਧਰਨਾ ਲੱਗਾ ਸੀ ਤਾਂ ਰੇਟ ਦੇ ਵਿੱਚ ਵਾਧਾ ਹੋਇਆ ਸੀ। ਪੰਜਾਬ ਸਰਕਾਰ ਨੇ ਉਸ ਵੇਲੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਤੇ ਮੰਨਿਆ ਸੀ ਕਿ 55 ਰੁਪਏ 50 ਪੈਸੇ ਪ੍ਰਤੀ ਕੁਇੰਟਲ ਸਿੱਧੇ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ। ਇਸ ਤੋਂ ਪਿੱਛੇ ਵੀ ਸਰਕਾਰ ਇਹਨਾਂ ਦੀ ਸੀ, ਆਮ ਆਦਮੀ ਪਾਰਟੀ ਦੀ, ਪੰਜਾਬ ਸਰਕਾਰ। ਸੋ ਪਿਛਲੇ ਸਾਲ ਜਦੋਂ ਇਹਨਾਂ ਦੇ ਨਾਲ ਗੱਲਬਾਤ ਹੋਈ ਸੀ ਰੇਟ ਦੇ ਵਿੱਚ ਵਾਧਾ ਹੋਇਆ ਸੀ, ਪਿਛਲੇ ਸਾਲ 20 ਰੁਪਏ ਰੇਟ ਦਾ ਵਾਧਾ ਇਹਨਾਂ ਨੇ ਕੀਤਾ ਸੀ। ਸੋ ਉਸ ਵੇਲੇ ਇਹਨਾਂ ਨੇ ਜਦੋਂ ਫੈਕਟਰੀਆਂ ਚੱਲੀਆਂ, ਜਿਹੜੀਆਂ ਸਹਿਕਾਰੀ ਮਿੱਲਾਂ ਨੇ ਉਹ ਤੇ ਨਾਲੋ ਨਾਲ ਪਾਈ ਜਾਂਦੀਆਂ ਕਿਉਂਕਿ ਉਹ ਸਰਕਾਰ ਦੀਆਂ ਨੇ। ਜਿਹੜੀਆਂ ਪ੍ਰਾਈਵੇਟ ਮਿੱਲਾਂ ਨੇ ਉਹ ਜਿਹੜੀਆਂ ਉਹਦੀ ਪੇਮੈਂਟ ਰਹਿੰਦੀ ਆ, ਜਿਹੜੀ ਸਬਸਿਡੀ ਸਰਕਾਰ ਨੇ ਕਿਸਾਨਾਂ ਨੂੰ ਦੇਣੀ ਹੁੰਦੀ ਹੈ 55 ਰੁਪਏ 50 ਪੈਸੇ ਜਿਸ ਤਰ੍ਹਾਂ ਇਸ ਸਾਲ ਦੀ ਹੈ, ਉਹ ਜਦੋਂ ਮਿੱਲਾਂ ਪੇਮੈਂਟ ਕਰਦੀਆਂ ਪੂਰੀ ਉਹਦੇ ਨਾਲ ਫਿਰ ਸਰਕਾਰ ਨਾਲ ਨਾਲ ਪੇਮੈਂਟ ਪਾ ਦਿੰਦੀ ਹੈ। ਪਰ ਇਸ ਵਾਰ ਸਰਕਾਰ ਜਿਹੜੀ ਆ ਚੁੱਪ ਕਰਕੇ ਬੈਠੀ ਹੋਈ ਆ, 1 ਰੁਪਈਆ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ। ਔਰ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਉਹਦੇ ਵਿੱਚ ਜਿਹੜਾ ਬਜਟ ਦੇ ਵਿੱਚ ਜਿਹੜਾ ਪੈਸਾ ਉਹ ਰੱਖਿਆ ਵੀ ਗਿਆ ਆ ਕਿ ਜਿਹੜਾ ਇਹ ਸਬਸਿਡੀ ਪਾ ਦਿੱਤੀ ਜਾਵੇ, ਪਰ ਕਿਤੇ ਨਾ ਕਿਤੇ ਜਿਹੜੀ ਸਰਕਾਰ ਚੁੱਪ ਕਰਕੇ ਬੈਠੀ ਹੈ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਇੱਥੇ ਵਿਚਾਰ ਵਟਾਂਦਰਾ ਹੋਇਆ। ਸੋ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਥੋੜੇ ਸਮੇਂ ਦੇ ਵਿੱਚ, ਜੇਕਰ ਤੁਸੀਂ ਪੇਮੈਂਟ ਨਾ ਪਾਈ ਤਾਂ ਇੱਕ ਹੋਰ ਨਵਾਂ ਜਿਹੜਾ ਫੈਸਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਵਾਂਗੇ। ਇਹਦੇ ਨਾਲ ਹੀ ਸਾਡੇ ਜਿਸ ਤਰ੍ਹਾਂ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਕੱਲ੍ਹ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰੋਟੈਸਟ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ਼। ਸੋ ਨਾਲ ਹੀ ਇੱਕ ਜਿਹੜਾ ਗੰਨੇ ਉਤਪਾਦਕਾਂ ਨੂੰ ਬਹੁਤ ਵੱਡੀ ਮਾਰ ਪਈ ਆ, ਸੋ ਉਹ ਜਿਹੜੀ ਮਾਰ ਪਈ ਆ ਰੱਤਾ ਰੋਗ ਪੈ ਗਿਆ ਐਤਕੀ 238 ਵਰਾਇਟੀ ਨੂੰ। ਸੋ ਉਹਦੇ ਵਾਸਤੇ ਜਿਹੜੀਆਂ ਸਹਿਕਾਰੀ ਮਿੱਲਾਂ ਆ ਉਹ ਪੈਨਲਟੀ ਕੱਟਦੀਆਂ 15-30 ਰੁਪਏ ਪ੍ਰਤੀ ਕੁਇੰਟਲ। ਸੋ ਰੱਤਾ ਰੋਗ ਪੈਣ ਦੇ ਨਾਲ ਜਿਹੜੇ ਕਿਸਾਨ ਆ ਉਹ ਪੂਰਾ ਗੰਨੇ ਦੀ ਸਪਲਾਈ ਮਿੱਲਾਂ ਨੂੰ ਨਹੀਂ ਦੇ ਸਕੇ। ਸੋ ਉਹਦੇ ਵਿੱਚ ਐਤਕੀ ਅਸੀਂ ਪੰਜਾਬ ਸਰਕਾਰ ਨੂੰ ਇਹ ਜਿਹੜੇ ਅਦਾਰੇ ਆ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਕਟੌਤੀ ਆ 15-30 ਰੁਪਏ ਜਿਹੜੀ ਪੈਨਲਟੀ ਦੀ ਉਹ ਜਿਹੜੀ ਕਿਸਾਨਾਂ ਨੂੰ ਮੁਆਫ ਕੀਤੀ ਜਾਵੇ ਤੇ ਜਿਹੜਾ ਗੰਨੇ ਦਾ ਬਕਾਇਆ ਜਿਹੜਾ ਸਬਸਿਡੀ ਦੀ ਰਾਸ਼ੀ ਆ ਉਹ ਤੁਰੰਤ ਜਿਹੜੀ ਆ ਉਹ ਰਿਲੀਜ਼ ਕੀਤੀ ਜਾਵੇ। ਹੁਣ ਅਗਲੇ ਮੁੱਦੇ ਤੇ ਬਰਾੜ ਸਾਹਿਬ ਕੁਝ ਕਹਿਣ। ਹਾਂਜੀ ਹਲੇ ਹੋਰ ਹੈਗੇ ਨੇ ਮੁੱਦੇ ਉਹ ਅਸੀਂ ਕੱਲ ਆਪਣੀ ਜਥੇਬੰਦੀ ਵੱਲੋਂ ਕਰ ਰਹੇ ਹਾਂ। ਹੁਸ਼ਿਆਰਪੁਰ ਧੰਨਵਾਦ ਜੀ ਸਾਰੇ ਮੀਡੀਆ ਦਾ। ਅਗਲਾ ਜਿਹੜਾ ਬਾਕੀ ਰਾਜੇਵਾਲ ਸਾਹਿਬ ਨੇ ਦੱਸ ਹੀ ਦਿੱਤਾ ਤੇ ਇੱਕ ਇਹਦੇ ਚ ਮੈਂ ਐਡ ਆਨ ਕਰਨਾ ਚਾਹੁੰਦਾ, 21 ਨੂੰ ਜਿਹੜੀ ਮਹਾਂ ਪੰਚਾਇਤ ਹੈ ਉਹਦੀ ਵੀ ਜੋਸ਼ ਸ਼ੋਸ਼ ਨਾਲ ਤਿਆਰੀ ਹੈ ਸਾਰੇ ਪਾਸੇ ਤੇ 21 ਮਈ ਦੀ ਹੈ ਜੀ ਉਹਦੀ ਅਗਲੀ ਮੀਟਿੰਗ। ਅਸੀਂ ਉਹਦੀ ਤਿਆਰੀਆਂ ਦੀ ਮੀਟਿੰਗ ਇੱਕ, ਉਸ ਤੋਂ ਪਹਿਲਾਂ 9 ਨੂੰ ਮੀਟਿੰਗ ਹੈ, ਉਸ ਤੋਂ ਦੂਸਰੀ ਮੀਟਿੰਗ ਹੈ ਜੀ, ਡਿਸਾਈਡ ਕਰਾਂਗੇ ਉਹ ਕਦੋਂ ਹੈ। ਤਾਂ ਇੱਕ ਅਸੀਂ ਮੰਗ ਕਰਦੇ ਹਾਂ ਪੰਜਾਬ ਗਵਰਨਮੈਂਟ ਤੋਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੜੇਮਾਰੀ ਨਾਲ ਪੰਜਾਬ ਦੇ ਕਾਫੀ ਖੇਤਰ ਵਿੱਚ ਕਣਕ ਖਰਾਬ ਹੋਈ ਹੈ। ਸੋ ਸਾਡੀ ਇੱਕ ਮੰਗ ਹੈ ਸਰਕਾਰ ਤੋਂ ਵੀ ਤੁਰੰਤ ਇਹਦੇ ਤੇ ਗਿਰਦਾਵਰੀ ਕਰਾ ਕੇ ਜਿਹੜੇ ਵੀ ਕਿਸਾਨ ਵੀਰਾਂ ਦੀ ਕਣਕ ਖਰਾਬ ਹੋਈ ਹੈ ਉਹਨਾਂ ਦੇ ਜੇ ਫਾਰਮ ਦੇ ਵਿੱਚ ਐਡ ਕਰਕੇ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਅਕਸਰ ਅਨਾਊਂਸ ਹੁੰਦਾ ਹੈ, ਅਕਸਰ ਬੜੇ ਤਰ੍ਹਾਂ ਦੇ ਮੁਆਵਜ਼ੇ ਅਨਾਊਂਸ ਹੁੰਦੇ ਆ, ਮੁਰਗੀਆਂ ਤੱਕ ਦੇ ਹੁੰਦੇ ਆ, ਪਰ ਉਹ ਮਿਲਦੇ ਨਹੀਂ ਗੇ, ਉਹ ਸਿਰਫ ਇੱਕ ਸਟੇਜੀ ਭਾਸ਼ਣ ਰਹਿ ਜਾਂਦੇ ਆ। ਸੋ ਇਹ ਵੀ ਕਿਤੇ ਸਟੇਜੀ ਭਾਸ਼ਣ ਨਾ ਰਹਿ ਜੇ, ਇਹਦੇ ਤੇ ਤੁਰੰਤ ਐਕਸ਼ਨ ਕਰਨਾ ਚਾਹੀਦਾ ਸਰਕਾਰ ਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਉਹਨੂੰ ਫਸਲ ਦੀ ਪੇਮੈਂਟ ਆਉਂਦੀ ਹੈ ਨਾਲ ਹੀ ਉਹਦੇ ਜੇ ਫਾਰਮ ਦੇ ਵਿੱਚ ਐਡ ਕਰਕੇ ਉਹਨੂੰ ਬਣਦੀ ਜਿਹੜੀ ਉਹਦੀ ਮੁਆਵਜ਼ਾ ਉਹ ਦਿੱਤਾ ਜਾਵੇ। ਧੰਨਵਾਦ ਜੀ। ਇੱਕੀ ਮਈ ਦੀ ਅਸੀਂ ਇੱਕ ਵੱਡੀ ਰੈਲੀ ਜਗਰਾਉਂ ਚ ਰੱਖੀ ਹੈ ਜਿਹਦੇ ਚ ਅਸੀਂ ਭਾਜਪਾ ਦਾ ਵਿਰੋਧ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਸੱਦਾ ਦੇਣਾ, ਸਾਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦੇਣਾ।
ਉਹਦੇ ਤੇ ਵਿਚਾਰ ਕਰਕੇ ਅਸੀਂ ਇਹ ਇੱਕ 4 ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਉਸ ਰੈਲੀ ਵਿੱਚ ਜਿਹੜਾ ਅਸੀਂ ਪੋਸਟਰ ਰਿਲੀਜ਼ ਕਰਨਾ ਹੈ ਉਹ ਡਰਾਫਟ ਕਰੇਗੀ ਤੇ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਫਲੈਕਸਾਂ ਲਗਾਉਣੀਆਂ ਜਾਂ ਜਿਹੜੇ ਅਸੀਂ ਸਵਾਲ ਕਰਨੇ ਆ ਬੀਜੇਪੀ ਦੇ ਲੀਡਰਾਂ ਤੇ ਉਹ ਡਿਸਾਈਡ ਕਰਕੇ 9 ਤਾਰੀਖ ਨੂੰ ਉਹ ਅਸੀਂ ਸਾਰੇ ਜਥੇਬੰਦੀਆਂ ਨੂੰ ਦੇਵਾਂਗੇ ਤਾਂ ਕਿ ਉਹਦੇ ਮੁਤਾਬਕ ਸਾਰੇ ਪੰਜਾਬ ਵਿੱਚ ਬੀਜੇਪੀ ਦਾ ਵਿਰੋਧ ਹੋ ਸਕੇ ਔਰ 21 ਮਈ ਨੂੰ ਜਗਰਾਓਂ ਚ ਇੱਕ ਬਹੁਤ ਵੱਡੀ ਮਹਾਂ ਰੈਲੀ ਹੋਏਗੀ ਜਿਹਦੇ ਚ ਲੱਖਾਂ ਦੀ ਤਾਦਾਦ ਚ ਕਿਸਾਨ ਔਰ ਮਜ਼ਦੂਰ ਜਿਹੜੇ ਨੇ ਉਹ ਇਕੱਠੇ ਹੋਣਗੇ ਤੇ ਉਹਦੇ ਲਈ ਇਹ ਕਮੇਟੀ ਬਣਾ ਦਿੱਤੀ ਗਈ ਹੈ। ਅਗਲੀ ਮੀਟਿੰਗ ਦਾ ਡੇਟ ਫੇਰ ਦੱਸਾਂਗੇ ਕਿਹੜੀ, 9 ਤਾਰੀਖ ਨੂੰ 4 ਮੈਂਬਰੀ ਕਮੇਟੀ ਦੀ ਮੀਟਿੰਗ ਹੋਏਗੀ, ਉਹਦੇ 5 ਮੈਂਬਰੀ, ਉਹਦੇ ਵਿੱਚ ਜਿਹੜੇ 5 ਮੈਂਬਰ ਚੁਣੇ ਨੇ ਸਰ ਪ੍ਰੇਮ ਸਿੰਘ ਭੰਗੂ ਨੇ, ਸਰ ਰਵਨੀਤ ਸਿੰਘ ਬਰਾੜ ਨੇ, ਸਰ ਬਲਦੇਵ ਸਿੰਘ ਨਿਹਾਲਗੜ੍ਹ ਨੇ, ਮੇਰਾ ਆਪਣਾ ਨਾਂ ਬਲਵੀਰ ਸਿੰਘ ਰਾਜੇਵਾਲ ਤੇ ਸਰ ਅੰਗਰੇਜ਼ ਸਿੰਘ। ਇਹ 5 ਮੈਂਬਰੀ ਕਮੇਟੀ ਹੈ ਜਿਹੜੀ ਪੋਸਟਰ ਡਰਾਫਟ ਕਰੂ ਔਰ ਜਿਹੜੇ ਸਵਾਲ ਕਰਨੇ ਨੇ ਬੀਜੇਪੀ ਦੇ ਲੀਡਰਾਂ ਤੇ ਉਹ ਸਾਰੇ ਫਾਈਨਲ ਕਰਕੇ ਅਸੀਂ ਸਾਰੇ ਆਪਣੇ ਕੰਸਟੀਚੁਐਂਟਸ ਨੂੰ ਭੇਜਾਂਗੇ, ਇਹ ਵੀ ਫੈਸਲਾ ਕੀਤਾ ਗਿਆ। ਇੱਕ ਪੀੜਤ ਕਿਸਾਨ ਜਦੋਂ ਪਿਛਲਾ ਦਿੱਲੀ ਅੰਦੋਲਨ ਚੱਲਿਆ ਸੀ ਤੇ ਉਸ ਤੋਂ ਜਿਹੜੇ 750 ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਸ਼ਹਾਦਤਾਂ ਹੋਈਆਂ ਸੀ ਤੇ ਉਹਨਾਂ ਦੇ ਪਰਿਵਾਰ ਆਏ ਸੀ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਨੂੰ ਇੱਕ ਮੰਗ ਪੱਤਰ ਦੇ ਕੇ ਗਏ ਆ। ਹਾਲ ਤੱਕ ਕਾਫੀ ਜਿਹੜੀਆਂ ਇਹਨਾਂ ਨੇ ਨੌਕਰੀਆਂ ਇਹ ਪੈਂਡਿੰਗ ਪਈਆਂ ਇਹ ਦਿੱਤੀਆਂ ਨਹੀਂ, ਤਕਰੀਬਨ 400 ਨੌਕਰੀ ਇਹਨਾਂ ਨੇ ਦੇਣ ਵਾਲੀ ਪਈ ਸੀ ਪੰਜਾਬ ਸਰਕਾਰ ਨੇ ਦਿੱਤੀ ਨਹੀਂ ਸੀ। ਸੋ ਉਹਦੇ ਵਿੱਚੋਂ 118 ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਉਹ ਜਾਰੀ ਕਰ ਦਿੱਤੀਆਂ। ਸੋ 280 ਹਾਲੇ ਵੀ ਜਿਹੜੇ ਆ ਕੇਸ ਪੈਂਡਿੰਗ ਪਏ ਆ। ਸੋ 300 ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ। ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਪੀੜਤ ਜਿਹੜੇ ਪਰਿਵਾਰ ਆ ਉਹਨਾਂ ਨੂੰ ਮੁਆਵਜ਼ਾ ਤੇ ਨੌਕਰੀ ਜਿਹੜੀ ਆ ਉਹ ਦਿੱਤੀ ਜਾਵੇ, ਸਰਕਾਰ ਜਲਦ ਤੋਂ ਜਲਦ ਦੇਵੇ। ਤੇਲੰਗਾਨਾ ਗਵਰਨਮੈਂਟ ਵਾਲਾ ਨਹੀਂ ਮਿਲਿਆ ਜੀ, 300 ਕਿਸਾਨਾਂ ਨੂੰ ਤੇਲੰਗਾਨਾ ਗਵਰਨਮੈਂਟ ਨੇ ਜਿਹੜਾ ਮੁਆਵਜ਼ਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਉਹ ਨਹੀਂ ਮਿਲਿਆ, ਉਹ ਕਲੀਅਰ ਨਹੀਂ ਕਰ ਸਕਦੇ। ਹਾਂਜੀ ਹੁਣ ਕੋਈ ਸਵਾਲ ਉਹ ਸਾਰਾ 9 ਤਾਰੀਖ ਨੂੰ ਜਿਹੜੀ ਅਸੀਂ ਸਬ ਕਮੇਟੀ ਬਣਾਈ ਹੈ 5 ਮੈਂਬਰੀ ਕਮੇਟੀ, ਕੀ ਸਵਾਲ ਕਰਨੇ ਨੇ, ਕਿਵੇਂ ਅਸੀਂ ਵਿਰੋਧ ਕਰਨਾ, ਉਹਦਾ ਮੋਡਸ ਓਪਰੈਂਡੀ ਕੀ ਹੋਏਗਾ, ਉਹ ਸਾਰਾ 9 ਤਾਰੀਖ ਨੂੰ 5 ਮੈਂਬਰੀ ਕਮੇਟੀ ਡਿਸਾਈਡ ਕਰਕੇ ਆਪਣੇ ਸਾਰੇ ਕੰਸਟੀਚੁਐਂਟਸ ਨੂੰ ਦੱਸੇਗੀ ਔਰ 21 ਤਾਰੀਖ ਦੀ ਜਿਹੜੀ ਰੈਲੀ ਹੈ ਉਹਦੇ ਚ ਕਿਵੇਂ ਆਉਣਾ ਉਹ ਸਾਰਾ 9 ਤਾਰੀਖ ਦੀ ਮੀਟਿੰਗ ਚ ਡਿਸਾਈਡ ਹੋ ਜਾਏਗਾ। ਬੀਜੇਪੀ ਦਾ ਵਿਰੋਧ ਕਰਾਂਗੇ, ਇਹ ਸਾਡਾ ਪ੍ਰਿੰਸੀਪਲੀ ਇਹ ਫੈਸਲਾ ਹੈ। ਇਹ ਸਾਡਾ 14 ਤਾਰੀਖ ਨੂੰ ਦਿੱਲੀ ਦੀ ਜਿਹੜੀ ਮਹਾਰੈਲੀ ਸੀ ਉਹਦੇ ਵਿਚ ਐਲਾਨ ਹੋ ਗਿਆ ਸੀ ਵੀ ਥਰੂ ਆਊਟ ਦਾ ਕੰਟਰੀ, ਇੱਥੇ ਇਕੱਲਾ ਪੰਜਾਬ ਚ ਨਹੀਂ ਸਾਰੇ ਦੇਸ਼ ਵਿਚ ਵਿਰੋਧ ਕਰਾਂਗੇ। ਔਰ ਇਹ ਵੀ ਫੈਸਲਾ ਹੋ ਗਿਆ ਸੀ 30 ਤਾਰੀਖ ਨੂੰ ਜਿਹੜੀ ਸਾਡੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਸੀ ਹਰਿਆਣੇ ਦੇ ਵਿਚ ਰੋਹਤਕ ਚ, ਉਹਦੇ ਚ ਫੈਸਲਾ ਹੋ ਗਿਆ ਸੀ ਸਾਰੀਆਂ ਸਟੇਟਾਂ ਚ ਲੀਡਰਸ ਵੀ ਭੇਜੇ ਜਾਣ ਔਰ ਹਰ ਸਟੇਟ ਦਾ ਯੂਨਿਟ ਹੈ ਜਿਹੜਾ ਐਸ ਕੇ ਐਮ ਦਾ ਉੱਥੇ ਬੀਜੇਪੀ ਦੇ ਵਿਰੋਧ ਲਈ ਆਪੋ ਆਪਣਾ ਪ੍ਰੋਗਰਾਮ ਉਲੀਕੇ, ਇਮੀਡੀਏਟਲੀ ਉਲੀਕੇ, ਇਹ 30 ਤਰੀਕ ਦੀ ਮੀਟਿੰਗ ਸਾਰਿਆਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਸੀ।
ਹਾਂਜੀ ਚੋਣ ਲੜਨ ਦਾ ਫੈਸਲਾ ਵੀ ਕੋਈ ਹੈਗਾ? ਉਹ ਹਾਲੇ ਚੱਲ ਰਹੀ ਹੈ ਗੱਲਬਾਤ, ਹਾਲੇ ਕਿਸੇ ਨੇ ਸਿੱਟੇ ਤੇ ਨਹੀਂ ਪਹੁੰਚੀ। ਰਾਜਨ ਸਾਹਿਬ ਮਨਜੀਤ ਰਾਏ ਅੱਜ ਕੱਲ੍ਹ ਜਗਜੀਤ ਸਿੰਘ ਡੱਲੇਵਾਲ ਨਹੀਂ, ਅਸੀਂ ਤਾਂ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਜਿਹੜੇ ਉੱਥੇ ਉਹਨਾਂ ਨੂੰ ਬੈਰੂ ਸਾਹਿਬ ਨੂੰ ਉਹਨਾਂ ਦੀਆਂ ਜਥੇਬੰਦੀਆਂ ਸਸਪੈਂਡ ਨੇ ਐਸ ਕੇ ਐਮ ਚੋਂ। ਮਨਜੀਤ ਸਿੰਘ ਰਾਏ ਦੀ ਅਤੇ ਉਹਨਾਂ ਦੀ ਜਥੇਬੰਦੀਆਂ ਸਤਨਾਮ ਸਿੰਘ ਬੈਰੂ ਦੀ ਇੱਕ ਦੋ ਜਥੇਬੰਦੀਆਂ ਨੇ ਸਾਡੇ ਕਹਿਣ ਤੇ ਉੱਥੋਂ ਵਿਦਡਰਾਅ ਕਰਨ ਦਾ ਵੀ ਫੈਸਲਾ ਕਰ ਲਿਆ। ਪੰਜਾਬ ਦੇ ਲੋਕ ਬਹੁਤ ਇਨਲਾਈਟਨਡ ਨੇ, ਬਹੁਤ ਸਿਆਣੇ ਨੇ, ਇੱਥੇ ਇਹੋ ਜਿਹੇ ਲੋਕਾਂ ਨੂੰ ਸਜ਼ਾ ਦੇਣੀ ਆਉਂਦੀ ਹੈ, ਲੋਕ ਸਜ਼ਾ ਦੇ ਦੇਣਗੇ, ਫਿਕਰ ਨਾ ਕਰੋ। ਨਹੀਂ ਇਹ ਤੁਹਾਡੀ ਸੋਚ ਹੋ ਸਕਦੀ, ਐਸ ਕੇ ਐਮ ਚ ਕਿਸੇ ਨੇ ਸੋਚਿਆ ਤੱਕ ਵੀ ਨਹੀਂ। ਦੇਖੋ ਜੇ ਅਫਵਾਹ ਤਾਂ ਚੱਲਦੀ ਰਹਿੰਦੀ ਹੈ, ਦੂਸਰੀ ਗੱਲ ਜਦੋਂ ਉਹਨਾਂ ਕੋਲੇ ਕੋਈ ਚਾਰਾ ਨਹੀਂ ਰਹਿੰਦਾ, ਉਹਨਾਂ ਕੋਲ ਇੱਕ ਹੀ ਚਾਰਾ ਵੀ ਸਾਡੀਆਂ ਅਫਵਾਹਾਂ ਫੈਲਾਉਣ, ਕਿਉਂਕਿ ਅਸੀਂ ਇੱਕ ਹੀ ਧਿਰ ਆ ਜਿਹੜੀ ਅਸੀਂ ਸੋਚਦੇ ਹਾਂ, ਜਿਹੜੀ ਬੀਜੇਪੀ ਦਾ ਡਟ ਕੇ ਵਿਰੋਧ ਕਰਦੀ ਹੈ। ਉਹਨਾਂ ਨੇ ਫਿਰ ਕੋਈ ਹੋਰ ਮੋਟਿਵ ਨਹੀਂ ਉਹਨਾਂ ਨੂੰ ਮਿਲਦਾ ਜਾਂ ਕੋਈ ਰਸਤਾ ਨਹੀਂ ਮਿਲਦਾ, ਉਹ ਕਹਿੰਦੇ ਐਂ ਕਰੋ ਕਿਸਾਨ ਆਗੂਆਂ ਦੀ ਛਵੀ ਨੂੰ ਢਾਲ ਲਾਓ, ਇਸ ਕਰਕੇ ਲਾਓ ਵੀ ਬੀਜੇਪੀ ਸ਼ਾਮਲ ਹੋ ਰਹੇ ਆ। ਉਹ ਸਾਡਾ ਲਾਸਟ ਸਟੈਪ ਹੋਊਗਾ, ਅਸੀਂ ਕਦੇ ਵੀ ਇਹੋ ਜਿਹਾ ਸਟੈਪ ਨਹੀਂ ਕਿਸਾਨ ਆਗੂ ਸੋਚੂਗਾ। ਸਾਰੇ ਰਾਜਾਂ ਚ ਹੋ ਰਿਹਾ, ਮੈਂ ਬੇਨਤੀ ਕਰਾਂ, ਅੱਜ ਦੀ ਸਥਿਤੀ ਤੁਸੀਂ ਬਹੁਤ ਬਿਹਤਰ ਜਾਣਦੇ ਹੋ ਸਾਡੇ ਨਾਲੋਂ ਵੀ, ਵੀ ਜਿਸ ਤਰ੍ਹਾਂ ਦਾ ਦੇਸ਼ ਦੇ ਵਿੱਚ ਹਾਲਾਤ ਨੇ, ਮੋਦੀ ਸਰਕਾਰ ਨੇ ਸਾਰੀ ਅਪੋਜੀਸ਼ਨ ਡਰਾ ਲਈ ਹੋਈ ਹੈ, ਮੀਡੀਆ ਨੂੰ ਆਪਣੇ ਅੱਗੇ ਲਾ ਲਿਆ ਹੋਇਆ ਅਤੇ ਉਹਦਾ ਵਿਰੋਧ ਕਿਸੇ ਪਾਸਿਓਂ ਨਹੀਂ ਹੋ ਰਿਹਾ, ਜੇ ਵਿਰੋਧ ਹੋ ਰਿਹਾ ਤਾਂ ਸਿਰਫ ਅਤੇ ਸਿਰਫ ਐਸ ਕੇ ਐਮ ਵੱਲੋਂ ਹੋ ਰਿਹਾ, ਅਤੇ ਐਸ ਕੇ ਐਮ ਦੀ ਤਕਲੀਫ ਉਹਨੂੰ ਹੋਏਗੀ, ਕੁਦਰਤੀ ਹੈ, ਸਾਡੇ ਬਾਰੇ ਅਫਵਾਹ ਇੱਧਰ ਉੱਧਰ ਫੈਲਾਉਣਗੇ, ਪਰ ਅਸੀਂ ਆਪਣੇ ਕੰਮ 'ਤੇ ਸਾਡਾ ਧਿਆਨ ਕੇਂਦਰਿਤ ਹੈ। ਅਸੀਂ ਉਹ ਕਰਨ ਜਾਰੀ ਕੀ ਹੈ ਲਿਸਟ ਜਿਹੜੀ, ਉਹ ਜਿਹੜਾ ਉਹਨਾਂ ਦਾ ਬਿਆਨ ਦਿੰਦੇ ਉਹਨਾਂ ਨੂੰ ਪਤਾ, ਉਸ ਬਾਰੇ ਸਾਨੂੰ ਨਹੀਂ ਕੁਛ ਵੀ ਪਤਾ। ਜੇ 3,000 ਕਰੋੜ ਦੀ ਗੱਲ ਕਰਦੇ ਆ, ਉਹ ਜਿਨ੍ਹਾਂ ਨੇ ਇਲਜ਼ਾਮ ਲਾਇਆ ਉਹ ਪ੍ਰੂਫ ਕਰ ਦੇਣ, ਫਿਰ ਉਹ ਸਥਿਤੀ ਕਲੀਅਰ ਹੋ ਜੂਗੀ, ਉਸ ਵਾਦ ਵਿਵਾਦ ਦੇ ਵਿੱਚ ਅਸੀਂ ਫਸਦੇ ਹਾਂ। ਨਹੀਂ, ਅਸੀਂ ਕਹਾਂਗੇ ਲੋਕਾਂ ਨੂੰ ਵੀ ਬੀਜੇਪੀ ਨੂੰ ਸਜ਼ਾ ਦਿਓ, ਜਿਹੜਾ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਪਾਓ, ਅਸੀਂ ਕਿਸੇ ਇੱਕ ਪਾਰਟੀ ਨੂੰ ਸਪੋਰਟ ਨਹੀਂ ਕਰਾਂਗੇ। ਬੀਜੇਪੀ ਨੂੰ ਹਰਾਓ, ਕਾਰਪੋਰੇਟ ਭਜਾਓ, ਇਹ ਸਾਡਾ ਨਾਰਾ ਹੋਏਗਾ।